ਸਤਿ ਸ਼੍ਰੀ ਅਕਾਲ ਜੀ। ਡੈਲਵਿੰਗ ਓਵਰਸੀਜ਼ ਤੁਹਾਡੇ ਸਭ ਲਈ ਲੈ ਕੇ ਆਏ ਆ USA ਦਾ 10 ਸਾਲ ਦਾ ਮਲਟੀਪਲ ਵੀਜ਼ਾ, ਉਹ ਵੀ ਬਿਨਾਂ ਕਿਸੇ ਐਡਵਾਂਸ ਦਿੱਤੇ। ਜੀ ਹਾਂ, ਜੋ ਵੀ ਤੁਹਾਡੀ ਫੀਸ ਰਹੇਗੀ ਉਹ ਸਾਰੀ ਆਫਟਰ ਵੀਜ਼ਾ ਰਹੇਗੀ। ਡੈਲਵਿੰਗ ਓਵਰਸੀਜ਼ ਤੁਹਾਨੂੰ ਫ੍ਰੀ ਆਫ ਕੋਸਟ ਵੀਜ਼ਾ ਲੈ ਕੇ ਦੇਗਾ USA ਦਾ ਮਲਟੀਪਲ ਵੀਜ਼ਾ। ਜਿਹੜੇ ਵੀ ਸਾਡੇ ਚਾਰਜਿਸ ਰਹਿਣਗੇ ਉਹ ਆਫਟਰ ਵੀਜ਼ਾ ਰਹਿਣਗੇ, ਕੋਈ ਵੀ ਐਡਵਾਂਸ ਪੇਮੈਂਟ ਨਹੀਂ ਰਹੇਗੀ। ਸੈਕਿੰਡ ਕੰਸਰਨ ਆ ਜਾਂਦਾ ਇਹਦੇ ਵਿੱਚ ਡਾਕੂਮੈਂਟੇਸ਼ਨ ਦੀ ਗੱਲ ਕਰੀਏ ਤਾਂ ਕਿਸੇ ਤਰ੍ਹਾਂ ਦੇ ਵੀ ਖਾਸ ਡਾਕੂਮੈਂਟੇਸ਼ਨ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਸਿੰਪਲ DS-160 ਦੇ ਵਿੱਚ ਤੁਹਾਡੀ ਜਨਰਲ ਇਨਫੋਰਮੇਸ਼ਨ ਫਿਲ ਹੋ ਕੇ ਜਾਣੀਆਂ ਹੁੰਦੀਆਂ। ਥਰਡ ਕੰਸਰਨ ਆ ਜਾਂਦਾ ਹੈ ਕਿ USA ਦਾ ਮਲਟੀਪਲ ਵੀਜ਼ਾ ਲੈਣ ਲਈ ਸਾਨੂੰ ਇੰਟਰਵਿਊ ਫੇਸ ਕਰਨਾ ਪੈਂਦਾ। ਬੜੇ ਲੋਕ ਇਸ ਚੀਜ਼ ਤੋਂ ਘਬਰਾਉਂਦੇ ਹੈ, ਬਟ ਉਹ ਇਹ ਚੀਜ਼ ਨੂੰ ਨਾ ਘਬਰਾਉਣ, ਨਾ ਹੈਜ਼ੀਟੇਟ ਹੋਣ, ਕਿਉਂਕਿ ਉਹਦੇ ਵਿੱਚ ਆਪਣੇ ਕੋਲ ਬਹੁਤ ਆਪਸ਼ਨ ਹੁੰਦੀ ਹੈ। ਚਾਹੇ ਆਪਾਂ ਇੰਟਰਵਿਊ ਇੰਗਲਿਸ਼ 'ਚ ਦੇਈਏ, ਚਾਹੇ ਹਿੰਦੀ 'ਚ ਦੇਈਏ, ਚਾਹੇ ਪੰਜਾਬੀ 'ਚ ਦੇਈਏ, ਤਿੰਨਾਂ ਤਰ੍ਹਾਂ ਦੀ ਕੈਟਾਗਰੀ ਜੋ ਆਪਾਂ ਨੂੰ ਈਜ਼ੀ ਲੱਗਦਾ ਵੀਜ਼ਾ ਆਪਾਂ ਅੰਬੈਸੀ ਵੱਲੋਂ ਗ੍ਰਾਂਟ ਕਰਵਾ ਸਕਦੇ ਹਾਂ। ਫੋਰਥ ਕੰਸਰਨ ਆ ਜਾਂਦਾ ਇੰਟਰਵਿਊ ਦੀ ਪ੍ਰੈਪਰੇਸ਼ਨ, ਜੋ ਕਿ ਡੈਲਵਿੰਗ ਓਵਰਸੀਜ਼ ਵੱਲੋਂ ਫ੍ਰੀ ਆਫ ਕੋਸਟ ਕੈਂਡੀਡੇਟ ਨੂੰ ਕਰਵਾਈ ਜਾਂਦੀ ਹੈ। ਸਾਰੇ ਹੀ ਚਾਰਜਿਸ ਆਫਟਰ ਵੀਜ਼ਾ ਲਏ ਜਾਂਦੇ ਆ। ਰੈਸਟ ਜੋ ਵੀ ਤੁਹਾਡੇ ਇਨਕੁਆਇਰੀਜ਼ ਨੇ, ਡਾਊਟਸ ਨੇ, ਤੁਸੀਂ ਨੀਅਰ ਬਾਏ ਬ੍ਰਾਂਚਿਸ ਵਿਜ਼ਿਟ ਕਰੋ, ਕੋਈ ਵੀ ਡਾਊਟਸ ਕਲੀਅਰ ਕਰੋ। ਲਾਸਟ ਇੱਕ ਛੋਟਾ ਜਿਹਾ ਮੈਸੇਜ ਕਨਵੇ ਕਰਨਾ ਚਾਹੂੰਗੀ, ਜੋ ਵੀ ਇਹ ਔਫਰ ਹੈਗਾ ਟਿਲ December 2018 ਤੱਕ ਵੈਲਿਡ ਰਹੇਗਾ। ਜਿਹੜੇ ਵੀ ਕੈਂਡੀਡੇਟ USA 10 ਸਾਲ ਦਾ ਵੀਜ਼ਾ ਲੈਣਾ ਚਾਹੁੰਦੇ ਆ ਬਿਨਾਂ ਕਿਸੇ ਐਡਵਾਂਸ ਦਿੱਤੇ, December 31 ਤੱਕ ਇਹ ਆਪਸ਼ਨ ਵੈਲਿਡ ਹੈ, ਫ੍ਰੀ ਆਫ ਕੋਸਟ ਅਪਲਾਈ ਕਰ ਸਕਦੇ ਆ। ਥੈਂਕ ਯੂ ਸੋ ਮੱਚ ਜੀ।